ਸਤਿ ਸ੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ ਜੀ ਸਾਰਿਆਂ ਨੂੰ। ਮੈਂ ਹਾਂ ਗੁਰਮੀਤ ਕੌਰ, ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਹੈਗਾ ਜੀ ਸੰਡੇ, ਤਾਂ ਸੰਡੇ ਹੁੰਦਾ ਜੀ ਫੰਡੇ, ਕਿਉਂਕਿ ਜੀ ਮੁਸ਼ਕਿਲ ਦੇ ਨਾਲ ਹੀ ਆ ਜਿਹੜਾ ਸੰਡੇ ਦਾ ਦਿਨ ਆਉਂਦਾ ਹੈਗਾ, ਜਦੋਂ ਆਰਾਮ ਦੇ ਨਾਲ ਚੈਨ ਦੇ ਨਾਲ ਘਰ ਬੈਠ ਕੇ ਆਪਾਂ ਜਿਹੜਾ ਖਾਣਾ ਖਾ ਸਕਦੇ ਹਾਂ, ਬ੍ਰੇਕਫਾਸਟ ਕਰ ਸਕਦੇ ਹਾਂ। ਨਹੀਂ ਜੀ, ਸਵੇਰੇ ਜਲਦੀ ਭੱਜੋ ਭੱਜ ਹੁੰਦੀ ਆ, ਇੱਕ ਹੱਥ 'ਚ ਹੁੰਦਾ ਰੋਟੀ ਦਾ ਰੋਲ ਬਣਾਇਆ ਹੋਇਆ ਅਤੇ ਇੱਕ ਹੱਥ 'ਚ ਪਰਸ, ਅਤੇ ਕਿਤੋਂ ਮੈਂ ਮੋਬਾਈਲ ਲੱਭ ਰਹੀ ਹੁੰਦੀ ਹਾਂ, ਫਿਰ ਭੱਜੋ ਭੱਜ ਹੁੰਦੀ ਆ ਸਵੇਰੇ ਸਵੇਰੇ। ਇਸ ਕਰਕੇ ਅੱਜ ਆਪਾਂ ਸ਼ਾਂਤੀ ਨਾਲ ਬ੍ਰੇਕਫਾਸਟ ਕਰਾਂਗੇ ਅਤੇ ਤੁਹਾਡੇ ਨਾਲ ਬ੍ਰੇਕਫਾਸਟ ਦੀ ਜਿਹੜੀ ਆਪਾਂ ਰੈਸਪੀ ਵੀ ਸ਼ੇਅਰ ਕਰਾਂਗੇ ਵੀ ਅੱਜ ਆਪਾਂ ਸੰਡੇ ਨੂੰ ਬ੍ਰੇਕਫਾਸਟ ਦੇ ਵਿੱਚ ਕੀ ਬਣਾ ਰਹੇ ਹਾਂਗੇ। ਚਲੋ ਜੀ, ਆਪਾਂ ਤੁਹਾਨੂੰ ਚੁੱਲ੍ਹੇ ਕੋਲ ਲੈ ਚੱਲਦੇ ਹਾਂ ਅਤੇ ਆਪਾਂ ਬ੍ਰੇਕਫਾਸਟ ਦੀ ਤਿਆਰੀ ਕਰਦੇ ਹਾਂ। ਉਸ ਤੋਂ ਪਹਿਲਾਂ ਜੇ ਚੈਨਲ 'ਤੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਇੰਸਟਾਗ੍ਰਾਮ 'ਤੇ ਮੈਨੂੰ ਤੁਸੀਂ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ ਦਾ ਜੋ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਜੀ। ਚਲੋ ਜੀ, ਆਪਾਂ ਚੱਲਦੇ ਹਾਂ ਉੱਧਰ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਜਿਹੜੇ ਸਵੇਰੇ ਸਵੇਰੇ ਬੱਚੇ ਨੇ ਉਹ ਕਿਸ ਤਰ੍ਹਾਂ ਮਸਤੀ ਕਰ ਰਹੇ ਨੇ। ਲਓ ਜੀ, ਜਿਹੜਾ ਸੰਡੇ ਦਾ ਟਾਈਮ ਹੈ 9 ਵੱਜ ਗਏ ਨੇ। ਇੱਧਰ ਆਪਣੇ ਬੱਚੇ ਨੇ ਜਿਹੜਾ ਇਹ ਮਸਤੀ ਕਰ ਰਹੇ ਨੇ, ਇਹ ਕਰਦੇ ਨੇ ਡਰਾਇੰਗ। ਡਰਾਇੰਗ ਕਰ ਰਹੇ ਹੋ ਇਹ? ਗੁਰਲੀਨ ਕੀ ਬਣਾ ਰਿਹਾ ਪੁੱਤ? ਹੈਂ, ਵੈਸੀ ਕੁਛ। ਗੁਰਲੀਨ ਕਹਿੰਦੀ ਮੈਂ ਵੈਸੀ ਕੁਛ ਬਣਾ ਰਹੀ ਹਾਂ। ਇੱਧਰ ਆਪਾਂ ਜਿਹੜੇ ਕੱਪੜੇ ਨੇ ਧੋ ਦਿੱਤੇ ਨੇ ਅਤੇ ਸਾਰਾ ਜਿਹੜਾ ਆਪਣਾ ਸਾਫ਼ ਸਫਾਈ ਦਾ ਜਿਹੜਾ ਕੰਮ ਹੈ ਉਹ ਨਿਬੜ ਗਿਆ। ਚਲੋ ਜੀ, ਆਪਾਂ ਚੱਲਦੇ ਹਾਂ ਚੁੱਲ੍ਹੇ ਕੋਲ ਅਤੇ ਉੱਥੇ ਆਪਾਂ ਬ੍ਰੇਕਫਾਸਟ ਦੀ ਤਿਆਰੀ ਕਰਦੇ ਹਾਂ। ਲਓ ਜੀ, ਅੱਜ ਆਪਾਂ ਬ੍ਰੇਕਫਾਸਟ ਵਿੱਚ ਬਣਾਵਾਂਗੇ ਪੰਜਾਬੀਆਂ ਦੇ ਫੇਵਰੇਟ ਪਰੌਂਠੇ, ਮੂਲੀ ਦੇ ਪਰੌਂਠੇ। ਸਿਆਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਬਣਾ ਕੇ ਖਾਧਾ ਜਾਣ ਵਾਲਾ ਪਰੌਂਠਾ ਉਹ ਹੈਗਾ ਮੇਥੇ ਦੇ ਮੂਲੀ ਦਾ ਪਰੌਂਠਾ। ਅੱਜ ਆਪਾਂ ਤੁਹਾਡੇ ਨਾਲ ਦੀ ਰੈਸਪੀ ਸ਼ੇਅਰ ਕਰਾਂਗੇ। ਮੇਥੇ ਵਾਲੇ ਪਰੌਂਠੇ ਮੈਂ ਤੁਹਾਨੂੰ ਪਹਿਲੀ ਬਣਾ ਕੇ ਦਿਖਾ ਚੁੱਕੀ ਹਾਂ। ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਹੜਾ ਉਹਦਾ ਲਿੰਕ ਹੈ, ਤੁਸੀਂ ਉੱਥੋਂ ਚੈੱਕ ਕਰ ਲਿਓ। ਲਓ ਜੀ, ਇਹਦੇ ਵਾਸਤੇ ਆਪਾਂ ਜਿਹੜਾ ਜਿਹੜਾ ਸਮਾਨ ਚਾਹੀਦਾ ਮੈਂ ਤੁਹਾਨੂੰ ਦੱਸ ਦਿਆਂਗੀ। ਇਹ ਲਿਆ ਗਾ ਮੈਂ ਕਣਕ ਦਾ ਆਟਾ ਅਤੇ ਇਹ ਲਿਆ ਮੱਕੀ ਦਾ ਆਟਾ। ਇਹ ਮੈਂ ਮੂਲੀਆਂ ਨੇ ਕੱਦੂਕਸ ਕਰ ਲਈਆਂ ਨੇ। ਇਹ ਹੈਗਾ ਬਰੀਕ ਕੱਟਿਆ ਹੋਇਆ ਧਨੀਆ ਅਤੇ ਵਿੱਚ ਇਹਦੇ ਮੇਥੇ ਪਾਏ ਨੇ ਆਪਾਂ ਨੇ ਅਤੇ ਥੋੜ੍ਹੀ ਜਿਹੀ ਆਪਾਂ ਲਈ ਹੈਗੀ ਹਰੀ ਮਿਰਚ। ਅਤੇ ਇਹਦੇ ਵਿੱਚ ਪਾਉਣ ਵਾਸਤੇ ਆਪਾਂ ਨੂੰ ਚਾਹੀਦਾ ਲੂਣ, ਮਿਰਚ ਅਤੇ ਹਲਦੀ ਅਤੇ ਥੋੜ੍ਹਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਤਾਂ ਕਿ ਜਿਹੜੇ ਆਪਣੇ ਪਰੌਂਠਿਆਂ ਦਾ ਜਿਹੜਾ ਟੇਸਟ ਹੈ ਬਹੁਤ ਵਧੀਆ ਆਵੇ ਅਤੇ ਜਿਹੜੀ ਉਹਦੀ ਖੁਸ਼ਬੂ ਹੈ ਵੀ ਦੂਰ ਤੱਕ ਜਾਵੇ। ਸਭ ਤੋਂ ਪਹਿਲਾਂ ਜੀ ਆਪਾਂ ਇਹ ਜਿਹੜੇ ਦੋਵੇਂ ਆਟੇ ਨੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ। ਮੱਕੀ ਦਾ ਆਟਾ ਅਤੇ ਆਪਾਂ ਕਣਕ ਦਾ ਆਟਾ ਚੰਗੀ ਤਰ੍ਹਾਂ ਰਲਾ ਲਾਂਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟੇਸਟ ਦੇ ਅਕੋਰਡਿੰਗ ਨਮਕ। ਨਮਕ ਥੋੜ੍ਹਾ ਜਿਹਾ ਇਹਦੇ ਵਿੱਚ ਜ਼ਿਆਦਾ ਹੀ ਪੈ ਜਾਂਦਾ ਅਤੇ ਲਾਲ ਮਿਰਚ ਥੋੜ੍ਹੀ ਜਿਹੀ ਆਪਾਂ ਘੱਟ ਪਾਵਾਂਗੇ ਕਿਉਂਕਿ ਹਰੀ ਮਿਰਚ ਵੀ ਆ ਪਰੌਂਠਿਆਂ ਨੂੰ ਵਧੀਆ ਰੰਗ ਦੇਣ ਵਾਸਤੇ। ਅੱਧਾ ਚਮਚਾ ਹਲਦੀ ਦਾ, ਅੱਧਾ ਚਮਚਾ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਅਤੇ ਨਾਲ ਹੀ ਇਹ ਕੱਟੀ ਹੋਈ ਹਰੀ ਮਿਰਚ, ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲਾਂਗੇ। ਜੇ ਤੁਸੀਂ ਅਦਰਕ ਪਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਕੱਦੂਕਸ ਕਰਕੇ ਪਾ ਸਕਦੇ ਹੋ, ਪਰੌਂਠੇ ਹੋਰ ਵੀ ਜ਼ਿਆਦਾ ਟੇਸਟੀ ਬਣਨਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ, ਇਹ ਮੇਰੇ ਕੋਲ ਹੈਗਾ ਧਨੀਆ ਅਤੇ ਮੇਥੇ, ਮੈਂ ਇਕੱਠੀ ਚੀਰ ਲਏ ਨੇ ਧੋ ਕੇ ਚੰਗੀ ਤਰ੍ਹਾਂ, ਇਹ ਪਾ ਦਾਂਗੇ। ਇਹ ਪਰੌਂਠੇ ਕਈ ਤਰ੍ਹਾਂ ਨਾਲ ਬਣਦੇ ਨੇ, ਆਪਾਂ ਅੱਜ ਇਹਨਾਂ ਨੂੰ ਮੂਲੀਆਂ ਵਿੱਚ ਗੁੰਨ ਕੇ ਬਣਾਵਾਂਗੇ। ਕਈ ਲੋਕ ਇਹਨੂੰ ਵਿੱਚ ਪਾ ਕੇ ਬਣਾਉਂਦੇ ਨੇ, ਕਈ ਲੋਕ ਇਹਦੀਆਂ ਦੋੜਾਂ ਬਣਾਉਂਦੇ ਨੇ, ਜਿਸ ਤਰ੍ਹਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਬਣਾ ਸਕਦੇ ਹੋ। ਸਭ ਤੋਂ ਵੱਡੀ ਗੱਲ ਹੈ ਜੀ ਇਹਨਾਂ ਮੂਲੀਆਂ ਦੀ, ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਕਈ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਮੂਲੀਆਂ ਨੂੰ ਕੱਦੂਕਸ ਕਰਕੇ ਜਿਹੜਾ ਉਹਦਾ ਪਾਣੀ ਆ ਸਾਰਾ ਉਹ ਹੱਥ ਦੇ ਨਾਲ ਨਿਚੋੜ ਦਿੰਦੀਆਂ ਨੇ, ਫਿਰ ਆਟਾ ਗੁੰਨਦੀਆਂ ਨੇ। ਆਪਾਂ ਇਸ ਤਰ੍ਹਾਂ ਨਹੀਂ ਕਰਨਾ ਜੀ, ਆਪਾਂ ਜਿਹੜਾ ਮੂਲੀਆਂ ਦੇ ਵਿੱਚ ਪਾਣੀ ਹੈ ਇਸ ਤਰ੍ਹਾਂ ਹੀ ਰੱਖਾਂਗੇ ਤਾਂ ਕਿ ਜਿਹੜੀ ਇਹਦੀ ਮੂਲੀਆਂ ਦੀ ਨੈਟਰੀਸ਼ਨ ਵੈਲਿਊ ਹੋਗੀ ਉਹ ਖਤਮ ਨਾ ਹੋਵੇ ਆਪਣੇ ਵਿੱਚ ਆਟੇ ਦੇ ਆ ਜਾਏ, ਇਸ ਕਰਕੇ ਆਪਾਂ ਇਹਨਾਂ ਨੂੰ ਨਿਚੋੜਿਆ ਨਹੀਂ ਹੈਗਾ। ਆ ਦੇਖੋ ਜਿਹੜਾ ਕਿੰਨਾ ਪਾਣੀ ਹੈ ਇਹ ਆਪਾਂ ਵਿੱਚ ਪਾਵਾਂਗੇ ਜੀ। ਇਹ ਇੰਨੀ ਕੁ ਮੂਲੀਆਂ ਮੈਂ ਰੱਖ ਲਈਆਂ ਨੇ ਕਿਉਂਕਿ ਬਹੁਤ ਜ਼ਿਆਦਾ ਸੀ, ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਰਲਾ ਦਾਂਗੇ। ਜਿੰਨਾ ਇਹਦੇ ਵਿੱਚ ਪਾਣੀ ਹੈਗਾ ਪਹਿਲਾਂ ਆਪਾਂ ਉਹਦੇ ਨਾਲ ਆਟਾ ਗੁੰਨਾਂਗੇ ਕਿਉਂਕਿ ਬਹੁਤ ਜ਼ਿਆਦਾ ਪਾਣੀ ਹੁੰਦਾ ਮੂਲੀਆਂ 'ਚ, ਫਿਰ ਲੋੜ ਦੇ ਮੁਤਾਬਕ ਆਪਾਂ ਪਾਣੀ ਪਾਵਾਂਗੇ ਇਹਦੇ ਵਿੱਚ। ਕਦੇ ਵੀ ਤੁਸੀਂ ਮੂਲੀਆਂ ਦਾ ਪਾਣੀ ਨਿਚੋੜ ਕੇ ਨਾ ਕੱਢਿਓ, ਇਸ ਤਰ੍ਹਾਂ ਹੀ ਉਹਦਾ ਆਟਾ ਗੁੰਨਿਓ। ਲਓ ਜੀ, ਹੁਣ ਜਿੰਨਾ ਇਹਨਾਂ ਦਾ ਪਾਣੀ ਸੀ ਉਹਦੇ ਨਾਲ ਆਪਾਂ ਆਟਾ ਗੁੰਨ ਲਿਆ, ਹੁਣ ਆਪਾਂ ਐਕਸਟਰਾ ਪਾਣੀ ਹੋਰ ਪਾ ਲਾਂਗੇ ਜਿੰਨਾ ਸਾਨੂੰ ਲੋੜ ਹੈ।
लो जी आटा गुन के आप तैयार कर लेंगे, आप ढक के साइड कर दें तो आप चुले के कोल जाने तो अग बाल दो। लो जी चुले च आप अग बाल ली है, ये अपने को परौंठिया के नाल खाने वास्ते हैगा जी मक्खन, अपना घर का ताजा फ्रैश मक्खन हैगा। ये हैगी है जी लस्सी, खट्टी चट्टी वाली लस्सी, तो ये हैगा जी दही, तो नाल हैगी है जी हरी मिर्च ते हरी हरे धनिए की चटनी, जो बहुत ज्यादा टेस्टी लगती है जी। जी एक तरह ना आप कह दिए जी ये अमृता तो ये कोई अत कथ नहीं होगी, क्योंकि जी ये है अपना प्योर लस्सी मक्खन दही घ्यो घर का प्योर चीजा है, नहीं अजकल जी प्योरिटी है बिलकुल नहीं मिलती। लो जी अग बाल के आप तवा रख लिया, हूँ आप परौंठे बनावे। तुम ना पेड़ा थोड़ा जा भारी हुई करो, रोटी जिन्ना छोटा पेड़ा नहीं करना, बाकी थोड़ी मर्जी है जो तुम छोटे परौंठे बनाने छोटा कर लो, पिंडा के भी जो परौंठे ने बहुत व्डे व्डे बनाए जाते हैं। इनू आप घ्यो नहीं लाते जी, पहले रोटी अपनी ला देंगे ता कि जो अपना पौन है ठंडा ना हो। रिबन ने तिरंगा बनाया जी, फ्लैग बनाया अपने देश का, मैं थोड़ा दिखाई हूं, दिखा दो बेटे। चलो जी बहुत सोहना है। लो जी आप हूं जी थोड़ा थोड़ा परौंठा जो सिक गया घ्यो ला देंगे। मैं इस तरह गोल रोटी बना रही हूँ, तुम जो परौंठे की शेप देने वो भी दे सकते होंगे। जेडे परौंठे होंगे ने चाहे मूलियां वाले हो चाहे मेथियां वाले, थोड़ा जिहड़ा सेक है वो ज्यादा भालदे ने, इस करके चुल्हे ते ज्यादा वधिया बनते हैं। गैस का जिहड़ा सेक अपना इन्ना तेज नहीं हुंदा, जिहड़ा इह चुल्हे वाला स्वाद आउंदा वह वक्खरा ही हुंदा हैगा। लो जी दूसरा परौंठा भी आप बना के तैयार कर लिया। हाँ जी बस लो जी तो आप सिंपल दसिया सी, हुण आप इसे परौंठे शेप भी दे सकते हैं, थोड़ा सा जिहड़ा बिच आप घ्यो ला लेंगे इस तरह फोल्ड कर लेंगे। इन्हों पर चौरस बना लेंगे, तुसीं तिकोणा चौरस या पंज कुंजा इस तरह भी बना सकते हो। लो जी परौंठा आप चौरस बना लिया, तो
ਜਿਹੜਾ ਪਰੌਂਠਾ ਥੋੜਾ ਜਿਹਾ ਜ਼ਿਆਦਾ ਸੇਕਿਆ ਹੋਇਆ ਖਾਧਾ ਜਾਂਦਾ ਜੀ, ਜੇ ਤੁਸੀਂ ਇਹਨੂੰ ਥੋੜਾ ਜਿਹਾ ਘੱਟ ਸੇਕ ਕੇ ਖਾਣਾ ਚਾਹੁੰਦੇ ਤੁਸੀਂ ਘੱਟ ਸੇਕ ਲਿਓ। ਜਦ ਤੱਕ ਜਿਹੜਾ ਪਰੌਂਠਾ ਚੰਗੀ ਤਰ੍ਹਾਂ ਗੋਲਡਨ ਬਰਾਊਨ ਨਹੀਂ ਹੋ ਜਾਂਦਾ, ਸਾਡੇ ਪਰਿਵਾਰ ਦੇ ਵਿੱਚ ਜਿਹੜੇ ਨਾ ਤਾਂ ਬੱਚੇ ਖਾਂਦੇ ਨੇ ਨਾ ਮਾਸਟਰ ਜੀ ਖਾਂਦੇ ਨੇ, ਕਹਿੰਦੇ ਨੇ ਕੱਚਾ ਆਟਾ ਮੂੰਹ ਚ ਆਉਂਦਾ, ਵੀ ਅਸੀਂ ਇਸ ਤਰ੍ਹਾਂ ਨਹੀਂ ਖਾਣਾ। ਲਓ ਜੀ ਇਹ ਪਰੌਂਠਾ ਵੀ ਆਪਾਂ ਤਿਆਰ ਕਰ ਲਿਆ। ਲਓ ਜੀ ਇਹ ਮੈਂ ਸੈਲਡ ਰੱਖ ਲਿਆ ਹੈਗਾ, ਆਪਾਂ ਇਹਦੀ ਪਲੇਟਿੰਗ ਕਰਦੇ ਹਾਂ। ਹੁਣ ਇਹ ਹੈਗੀ ਹੈ ਚਟਨੀ, ਤੇ ਕੌਲੀ ਦੇ ਵਿੱਚ ਆਪਾਂ ਪਾ ਦਾਂਗੇ ਦਹੀਂ। ਨਾਲ ਕਾਫੀ ਸਾਰਾ ਮੱਖਣ, ਤੇ ਹੈਗੇ ਨੇ ਦੋ ਪਰੌਂਠੇ। ਲਓ ਜੀ ਪਲੇਟ ਆਪਾਂ ਤਿਆਰ ਕਰ ਲਈ, ਨਾਲ ਮੈਂ ਲੱਸੀ ਪਾਉਣੀ ਆ ਗਲਾਸ ਦੇ ਵਿੱਚ ਜੀ। ਇਹ ਹੈਗਾ ਅੱਧਾ ਲੀਟਰ ਦਾ ਗਲਾਸ ਭਰਿਆ ਹੋਇਆ ਲੱਸੀ ਦਾ, ਜਿਹਨੇ ਬ੍ਰੇਕਫਾਸਟ ਦੇ ਨਾਲ ਜਿਹੜਾ ਇੱਕ ਜਾਣੇ ਨੇ ਸਾਰਾ ਪੀ ਲੈਣਾ, ਤੇ ਤਿੰਨ ਚਾਰ ਪਰੌਂਠੇ ਤੇ ਸਾਰਾ ਕੁਛ ਖਾ ਲੈਣਾ, ਫਿਰ ਬੰਦਾ ਆਪਣੇ ਆਪ ਇੰਨੀ ਖੁਰਾਕ ਖਾ ਕੇ ਹੈਲਦੀ ਵੀ ਰਹੂਗਾ। ਕੋਈ ਪੀਜ਼ੇ, ਕੋਈ ਨਿਊਡਲ, ਕੋਈ ਬਰਗਰ ਇਹਦੀ ਰੀਸ ਨਹੀਂ ਕਰ ਸਕਦੇ। ਇਹ ਹੈਗਾ ਜੀ ਆਪਣਾ ਦੇਸੀ ਖਾਣਾ। ਲਓ ਜੀ ਬੱਚਿਆਂ ਨੇ ਵੀ ਪਰੌਂਠੇ ਖਾ ਲਏ, ਮਾਸਟਰ ਜੀ ਨੇ ਖਾ ਲਏ, ਸਾਰੇ ਪਰਿਵਾਰ ਨੇ ਖਾ ਲਏ ਨੇ। ਲਓ ਜੀ ਸਾਰੇ ਪਰਿਵਾਰ ਨੇ ਪਰੌਂਠੇ ਖਾ ਲਏ ਨੇ, ਬਸ ਕੱਲੀ ਮੈਂ ਹੀ ਰਹਿੰਦੀ ਹਾਂ ਖਾਣ ਵਾਲੀ। ਮੈਂ ਆਪਣੇ ਜੋਗੇ ਦੇ ਦੋ ਪਰੌਂਠੇ ਲਾ ਲੂੰਗੀ, ਤੇ ਜਿਹੜਾ ਆਟਾ ਗਿਆ ਆਪਾਂ ਚੱਕ ਦਾਂਗੇ, ਇਹ ਦੁਪਹਿਰੇ ਦੇ ਦਾਂਗੇ ਬੱਚਿਆਂ ਨੂੰ ਲਾ ਕੇ, ਜਿਹਨਾਂ ਨੇ ਖਾਣੇ ਹੋਣਗੇ। ਲਓ ਜੀ ਇੰਨਾ ਘਾਟਾ ਬਚਿਆ ਆਪਾਂ ਚੱਕ ਦਿੱਤਾ ਹੈਗਾ, ਇਹਦੀ ਆਪਾਂ ਦੁਪਹਿਰੇ ਰੋਟੀ ਬਣਾ ਲਾਂਗੇ। ਹੁਣ ਮੈਂ ਖਾਂਦੀ ਹਾਂ ਧੋ ਕੇ, ਕਿਉਂਕਿ ਖਾਣ ਜਿਹੜਾ ਰੋਟੀ ਬਣਾਉਂਦਾ ਉਹਦੀ ਵਾਰੀ ਸਭ ਤੋਂ ਲਾਸਟ ਆਉਂਦੀ ਹੈ। ਲਓ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਮੇਰਾ ਵਸਦਾ ਰਹੇ ਪੰਜਾਬ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ।